ਦਾ ਫਿਲਮਸ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਨੂੰ ਐਸੇ ਜਾਣੇ ਮਾਣੇ ਸਿਤਾਰੇ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਆਪਣੀ ਪਹਿਚਾਣ ਬਣਾਈ, ਉਸ ਤੋਂ ਬਾਅਦ ਬਾਲੀਵੁੱਡ ਦੇ ਵਿੱਚ ਵੀ ਉਹਨਾਂ ਦੀ ਐਸੀ ਇੱਕ ਪਹਿਚਾਣ ਹੈ ਜਿਨ੍ਹਾਂ ਨੂੰ ਹਾਲੇ ਤੱਕ ਜਿਸ ਪਹਿਚਾਣ ਨੂੰ ਨਾ ਤਾਂ ਇਗਨੋਰ ਕੀਤਾ ਜਾ ਸਕਦਾ ਔਰ ਨਾ ਹੀ ਉਸ ਪਹਿਚਾਣ 'ਤੇ ਕੋਈ ਪਹੁੰਚ ਪਾਇਆ, ਸਾਨੂੰ ਇਹ ਲੱਗਦਾ। ਅਤੇ ਉਹਨਾਂ ਦਾ ਦਾਣਾ ਪਾਣੀ ਹੁਣ ਬੋਲੀਵੁੱਡ ਦੇ ਵਿੱਚ ਦੁਬਾਰਾ ਆ ਗਿਆ ਅਤੇ ਬੋਲੀਵੁੱਡ ਦੇ ਵਿੱਚ ਦੁਬਾਰਾ ਉਹ ਵਾਪਸੀ ਕਰ ਰਹੇ ਨੇ ਦਾਣਾ ਪਾਣੀ ਫਿਲਮ ਦੇ ਨਾਲ। ਅਤੇ ਇਸ ਫਿਲਮ ਦੇ ਵਿੱਚ ਉਹ ਇੱਕ ਫੌਜੀ ਦਾ ਕਿਰਦਾਰ ਨਿਭਾ ਰਹੇ ਨੇ ਅਤੇ ਉਹਨਾਂ ਦੇ ਉੱਤੇ ਹਰ ਕਿਰਦਾਰ ਇੰਨਾ ਫੱਬਦਾ ਅਤੇ ਇਸ ਦੇ ਵਿੱਚ ਵੀ ਉਹ ਇੰਨੇ ਸੋਹਣੇ ਲੱਗ ਰਹੇ ਨੇ। ਅਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਅਤੇ ਤੁਸੀਂ ਆਪ ਵੀ ਮਿਲੋ ਜਸਜੀਤ ਸਿੰਘ ਗਿੱਲ ਨੂੰ, ਯਾਨੀ ਕਿ ਜਿੰਮੀ ਸ਼ੇਰਗਿੱਲ ਜੀ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੇ ਤਾਂ ਤੁਹਾਨੂੰ ਦਾਅ ਫਿਲਮਸ ਵੱਲੋਂ ਬਹੁਤ ਬਹੁਤ ਮੁਬਾਰਕਾਂ ਕਿ ਇਸ ਟ੍ਰੇਲਰ ਨੂੰ, ਦਾਣਾ ਪਾਣੀ ਦੇ ਟ੍ਰੇਲਰ ਨੂੰ ਇੰਨਾ ਪਸੰਦ ਕੀਤਾ ਜਾ ਰਿਹਾ। ਥੈਂਕ ਯੂ ਸੋ ਮਚ ਜੀ। ਅਤੇ ਦਾਣਾ ਪਾਣੀ ਦੇ ਵਿੱਚ ਤੁਹਾਡਾ ਇੱਕ ਫੌਜੀ ਦਾ ਕਿਰਦਾਰ ਹੈ ਅਤੇ ਇਹਦੇ ਬਾਰੇ ਸਾਨੂੰ ਕੁਛ ਦੱਸੋ। ਦਾਣਾ ਪਾਣੀ ਦੇ ਵਿੱਚ ਮੇਰੇ ਕਿਰਦਾਰ ਦਾ ਨਾਂ ਹੈ ਜੀ ਮਹਿਤਾਬ ਸਿੰਘ। ਇੱਕ ਫੌਜੀ ਦੀ ਸਿਵਲ ਲਾਈਫ ਦੀ ਕਹਾਣੀ ਹੈ ਜੀ, ਜਿਹੜਾ ਕਿ ਆਪਦੇ ਪਿੰਡ ਵਾਪਸ ਆ ਰਹੇ, ਕਿਵੇਂ ਉਹਦਾ ਦਾਣਾ ਪਾਣੀ ਉਹਨੂੰ ਖਿੱਚ ਕੇ ਕਿਸੇ ਹੋਰ ਪਿੰਡ 'ਚ ਲੈ ਕੇ ਜਾਂਦਾ ਹੈ, ਕੀ ਹੁੰਦਾ ਉਹ ਸਾਰਾ ਕੁਝ ਹੈਗਾ ਜੀ ਇਸ ਕਹਾਣੀ ਦੇ ਵਿੱਚ। ਤੁਹਾਨੂੰ 1948 ਦਾ ਪੀਰੀਅਡ ਦੇਖਣ ਨੂੰ ਮਿਲੂਗਾ, 1960s ਦਾ ਪੀਰੀਅਡ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੂਗਾ ਅਤੇ 2017-18 ਦਾ ਪੀਰੀਅਡ ਵੀ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੂਗਾ। ਅਤੇ ਪੀਰੀਅਡ ਫਿਲਮ ਹੈ, ਇਸ ਕਰਕੇ ਇਹਦੀ ਸ਼ੂਟਿੰਗ ਜਿਹੜੀ ਹੈਗੀ ਹੈ ਤੁਸੀਂ ਲਾ ਲਓ ਪੰਜਾਬ ਤੋਂ ਇਲਾਵਾ ਰਾਜਸਥਾਨ, ਹਿਮਾਚਲ 'ਚ ਵੀ ਹੋਈ ਹੈ, ਕਿਉਂਕਿ 1960s ਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਨਹੀਂ ਹੁੰਦੀਆਂ ਸੀ, ਮਾਡਰਨਾਈਜੇਸ਼ਨ ਇਹ ਉਹ ਕੁਛ ਨਹੀਂ ਹੋਇਆ ਸੀ ਉਦੋਂ। ਸੋ ਸਾਰਾ ਕੁਛ ਬੜਾ ਹੀ ਪਲੇਨ ਸਿੰਪਲ ਹੁੰਦਾ ਸੀ। ਸੋ ਲੋਕੇਸ਼ਨਸ ਉਸ ਹਿਸਾਬ ਨਾਲ ਡੀਟੇਲ ਦੇ ਵਿੱਚ ਵਰਕ ਕਰਕੇ ਕੀਤੀਆਂ ਗਈਆਂ ਨੇ, ਇਹਨਾਂ ਥਾਵਾਂ 'ਤੇ ਅਸੀਂ ਸ਼ੂਟਿੰਗ ਕੀਤੀ ਹੈ। ਬਾਕੀ ਟ੍ਰੇਲਰ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਫਿਲਮ ਦੀ ਲੁੱਕ ਅਤੇ ਸਾਰਾ ਕੁਛ। ਟ੍ਰੇਲਰ ਦੇ ਵਿੱਚ ਤੁਹਾਡੇ, ਤੁਸੀਂ ਗੁਰਪ੍ਰੀਤ ਘੁੱਗੀ ਦੇ ਨਾਲ ਵੀ ਨਜ਼ਰ ਆ ਰਹੇ ਹੋ, ਇਸ ਤੋਂ ਪਹਿਲੇ ਤੁਸੀਂ ਮੁੰਡੇ UK ਦੇ ਵਿੱਚ ਇਹਨਾਂ ਨਾਲ ਬਹੁਤ ਫਿਲਮਾਂ ਕੀਤੀਆਂ ਨੇ ਮੈਂ ਘੁੱਗੀ ਭਾਅ ਜੀ ਦੇ ਨਾਲ। ਸੋ ਉਹਨਾਂ ਦੇ ਨਾਲ ਤਾਂ ਹਮੇਸ਼ਾ ਕੰਮ ਕਰਕੇ ਬਹੁਤ ਵਧੀਆ ਲੱਗਦਾ। ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦਾ ਹੁੰਦਾ ਸੀਗਾ ਵੀ ਤੁਸੀਂ ਇੰਨੇ ਵਧੀਆ ਐਕਟਰ ਹੋ, ਕਾਮੇਡੀਜ਼ ਤੁਸੀਂ ਸਾਰਾ ਸਾਲ ਕਰਦੇ ਹੋ, ਪਰ ਇਹੋ ਜਿਹੇ ਸੰਜੀਦਾ ਰੋਲ ਵੀ ਕਰਿਆ ਕਰੋ ਜਿੱਥੇ ਤੁਹਾਡੀ ਇੱਕ ਇੰਟੈਂਸਿਟੀ ਐਜ਼ ਐਨ ਐਕਟਰ ਨਿਕਲ ਕੇ ਆਊਗੀ। ਮੈਨੂੰ ਲੱਗਦਾ ਵੀ ਇਸ ਫਿਲਮ ਦੇ ਵਿੱਚ ਜੋ ਉਹਨਾਂ ਨੇ ਪਰਫੋਰਮ ਕੀਤਾ ਸਾਰੇ ਅਵਾਰਡਸ ਉਹਨਾਂ ਨੂੰ ਮਿਲਣੇ ਚਾਹੀਦੇ ਨੇ। ਬਹੁਤ ਕਮਾਲ ਦਾ ਪਰਫੋਰਮੈਂਸ ਕੀਤਾ ਹੈ ਉਹਨਾਂ ਨੇ ਇਸ ਫਿਲਮ ਦੇ ਵਿੱਚ। ਸੋ ਮੈਂ ਕਿਹਾ ਤੁਸੀਂ ਸਾਰਾ ਸਾਲ ਤਾਂ ਕਰਦੇ ਹੀ ਹੋ, ਤੁਸੀਂ ਕਾਮੇਡੀਜ਼ ਕਰਦੇ ਹੋ ਜਿਹੜੇ ਕਿ ਲੋਕ ਤੁਹਾਨੂੰ ਲਾਈਕ ਕਰਦੇ ਨੇ, ਇੱਕ ਅੱਧੀ ਫਿਲਮ ਆਪ ਦੇ ਲਈ ਵੀ ਕਰਿਆ ਕਰੋ, ਆਪਣੀ ਸੈਟਿਸਫੈਕਸ਼ਨ ਐਜ਼ ਐਨ ਐਕਟਰ ਜਿਹੜੀ ਹੁੰਦੀ ਹੈ ਉਹਦੇ ਲਈ ਕਰਿਆ ਕਰੋ। ਬਹੁਤ ਕਮਾਲ ਦਾ ਰੋਲ ਕੀਤਾ ਉਹਨਾਂ ਨੇ। ਦਾਣਾ ਪਾਣੀ ਨੂੰ ਹੀ ਤੁਸੀਂ ਕਿਉਂ ਬੋਲੀਵੁੱਡ ਦੇ ਵਿੱਚ ਵਾਪਸੀ ਲਈ ਚੁਣਿਆ? ਨਹੀਂ, ਵਾਪਸੀ ਮੇਰੀ ਕਿਉਂ ਹੁੰਦੀ ਬੋਲੀਵੁੱਡ ਦੁਬਾਰਾ ਨਜ਼ਰ ਆ? ਨਹੀਂ, ਦੁਬਾਰਾ ਮੈਂ ਹਰ ਸਾਲ ਇੱਕ ਫਿਲਮ ਕਰਦਾ ਪੰਜਾਬੀ, ਮੈਂ ਸਾਰਿਆਂ ਨੂੰ ਪਤਾ ਹੈ, ਮੈਨੂੰ ਲੱਗਦਾ ਵੀ ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਮੇਰੀ ਹਰ ਸਾਲ ਇੱਕ ਪੰਜਾਬੀ ਫਿਲਮ ਆਉਂਦੀ ਹੈ, ਪਿਛਲੇ ਸਾਲ ਜਿੰਦੂਆ ਆਈ ਸੀ, ਹੁਣ ਇਸ ਸਾਲ ਆਪਣਾ ਦਾਣਾ ਪਾਣੀ ਹੈਗੀ ਹੈ, ਉਸ ਤੋਂ ਪਿਛਲੇ ਸਾਲ ਸ਼ਰੀਕ ਸੀ। ਸੋ ਹਰ ਸਾਲ ਇੱਕ ਪੰਜਾਬੀ ਫਿਲਮ ਮੈਂ ਪ੍ਰੋਮਿਸ ਕੀਤਾ ਹੈ ਮੈਂ ਕਰੂੰਗਾ, ਇਸ ਕਰਕੇ ਮੈਂ ਕੁਛ ਨਾ ਕੁਛ ਵੱਖਰਾ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ। ਐਤਕੀ ਦਾਣਾ ਪਾਣੀ ਲੈ ਕੇ ਆਏ ਹਾਂ ਅਤੇ ਮੈਂ ਬਹੁਤ ਐਕਸਾਈਟਿਡ ਹਾਂ ਇਸ ਫਿਲਮ ਨੂੰ ਲੈ ਕੇ। ਮੈਂ ਤਾਂ ਬਹੁਤ ਖੁਸ਼ ਹਾਂ ਵੀ ਇਸ ਟੀਮ ਨੇ, ਜਿਨ੍ਹਾਂ ਨੇ ਰੱਬ ਦਾ ਰੇਡੀਓ ਬਣਾਈ, ਕੁਛ ਵੱਖਰਾ ਬਣਾਇਆ, ਲੋਕਾਂ ਨੂੰ ਪਸੰਦ ਆਇਆ ਉਹ ਫਿਲਮ ਨੇ, ਇੰਨਾ ਵਧੀਆ ਬਿਜ਼ਨਸ ਕੀਤਾ, ਇਹਨਾਂ ਨੇ ਇਹ ਸੋਚਿਆ ਵੀ ਇਹ ਮੇਰੇ ਕੋਲ ਆ ਕੇ ਮੈਨੂੰ ਸੁਣਾਉਣਗੇ ਕਹਾਣੀ ਸਭ ਤੋਂ ਪਹਿਲਾਂ। ਅਤੇ ਮੈਨੂੰ ਬਹੁਤ ਖੁਸ਼ੀ ਹੈ, ਮੈਨੂੰ ਮਾਣ ਹੈ ਇਸ ਗੱਲ ਦਾ ਵੀ ਮੈਨੂੰ ਇਹਨਾਂ ਨੇ ਸੋਚਿਆ ਵੀ, ਕਿਉਂਕਿ ਇਹ ਜੇ ਕਿਤੇ ਹੋਰ ਜਾਂਦੀ ਮੈਨੂੰ ਬਹੁਤ ਦੁੱਖ ਹੁੰਦਾ। ਮੈਂ ਆਈ ਲਵ ਟੂ ਡੂ ਸਮਥਿੰਗ ਡਿਫਰੈਂਟ ਅਤੇ ਇਹ ਮੇਰੇ ਕੋਲ ਲੈ ਕੇ ਆਏ ਇਹ ਕਹਾਣੀ, ਅਤੇ ਆਈ ਐਮ ਗਲੈਡ ਕਿ ਆਫਟਰ ਜਿੰਦੂਆ ਸਡਨਲੀ ਆਮ ਡੂਇੰਗ ਸਮਥਿੰਗ ਕੰਪਲੀਟਲੀ ਡਿਫਰੈਂਟ, ਕਿਉਂਕਿ ਮੈਂ ਹਰ ਵਾਰੀ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ। ਸ਼ਰੀਕ ਵੀ ਡਿਫਰੈਂਟ ਸੀ, ਧਰਤੀ ਵੀ ਡਿਫਰੈਂਟ ਸੀ, ਵਿੱਚ ਵਿੱਚ ਬੰਦਾ ਚਲੋ ਇੱਕ ਹਲਕੀ ਫੁਲਕੀ ਫਿਲਮ ਵੀ ਕਰ ਲੈਂਦਾ, ਬਟ ਉਹਦੇ ਵਿੱਚ ਵੀ ਕੁਛ ਨਾ ਕੁਛ ਹੁੰਦਾ ਹੈ ਜਿਹਦੇ ਕਰਕੇ ਮੈਂ ਉਸ ਨੂੰ ਕਰਦਾ। ਬਟ ਆਈ ਐਮ ਪ੍ਰਾਊਡ ਆਫ ਦਿਸ ਫਿਲਮ ਐਂਡ ਮੈਂ ਦੇਖਣਾ ਚਾਹੁੰਦਾ ਵੀ ਲੋਕਾਂ ਦਾ ਰਿਐਕਸ਼ਨ ਕਿਹੋ ਜਿਹਾ ਆਉਂਦਾ ਇਸ ਫਿਲਮ। ਜ਼ਰੂਰ ਜੀ, ਲੋਕਾਂ ਨੂੰ ਤੁਹਾਡਾ ਹਰ ਕਿਰਦਾਰ ਪਸੰਦ ਆਉਂਦਾ, ਇਹ ਫਿਲਮ ਵੀ ਜ਼ਰੂਰ ਪਸੰਦ ਆਏਗੀ। ਅਤੇ ਜੇ ਗੱਲ ਕਰੀਏ ਐਜ਼ ਅ ਸੀਨੀਅਰ ਆਰਟਿਸਟ, ਇਹਦੇ ਵਿੱਚ ਸਿੰਮੀ ਚਾਹਲ ਜੀ ਨਜ਼ਰ ਆ ਰਹੇ ਹੈ ਅਤੇ ਉਹ ਫਰੈਸ਼ ਟੈਲੈਂਟ ਹੈ, ਫਰੈਸ਼ ਟੈਲੈਂਟ ਨੂੰ ਕਿੰਨਾ ਕੁ ਸਿਖਾਉਣ ਦੀ ਲੋੜ ਪਈ ਤੁਹਾਨੂੰ? ਨਹੀਂ, ਮੈਂ ਨਹੀਂ ਸਿਖਾਉਂਦਾ ਜੀ, ਤੁਹਾਨੂੰ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਹੋਵੇ? ਨਹੀਂ, ਕਿਹੋ ਜਿਹਾ ਐਕਸਪੀਰੀਅੰਸ ਸੀਗਾ ਫਰੈਸ਼ ਟੈਲੈਂਟ ਨੂੰ ਅੱਗੇ ਲੈ ਕੇ ਆਉਂਦਾ? ਤੇ ਸਿਖਾਉਣ ਦਾ ਕੰਮ ਡਾਇਰੈਕਟਰ ਦਾ ਹੁੰਦਾ ਹੈ, ਉਹ ਕਰ ਰਹੇ ਸੀ। ਮੈਂ ਤਾਂ ਆਪ ਲੋਕਾਂ ਤੋਂ ਸਿੱਖਦਾ, ਕਈ ਵਾਰੀ ਬਹਿ ਕੇ ਵੀ ਮੈਂ ਛੋਟੀਆਂ ਛੋਟੀਆਂ ਗੱਲਾਂ ਲੋਕਾਂ ਦੀ ਨੋਟਿਸ ਕਰਦਾ ਵੀ ਜੇ ਬੰਦਾ ਇਮੋਟ ਕਰ ਰਿਹਾ ਹੈ ਸੀਰੀਅਸ ਸੀਨ ਤੋਂ ਪਹਿਲਾਂ, ਉਹਦਾ ਕੀ ਉਸ ਤੋਂ ਪਹਿਲਾਂ ਕੀ ਉਹਦਾ
ਜਣੀ ਉਹਦਾ ਉਹਦੇ ਉਹਦਾ ਮਾਈਂਡ ਸੈੱਟ ਕੀ ਹੁੰਦਾ, ਉਹ ਸੋਚ ਕੀ ਰਿਹਾ ਹੁੰਦਾ ਉਦੋਂ ਵੀ ਮੈਂ ਕਿਵੇਂ ਇਸ ਨੂੰ ਅਪਰੋਚ ਕਰਾਂ। ਸੋ ਛੋਟੀਆਂ ਛੋਟੀਆਂ ਚੀਜ਼ਾਂ ਮੈਂ ਬਹਿ ਕੇ ਬਸ ਦੂਰੋਂ ਨੋਟਿਸ ਕਰਦਾ ਵੀ ਕਿਹੜਾ ਬੰਦਾ ਕਿਸ ਤਰੀਕੇ ਨਾਲ ਕਰ ਰਿਹਾ। ਕਈ ਲੋਕ ਬਹੁਤ ਲਾਈਟਲੀ ਕਰਦੇ ਨੇ, ਹੁਣ ਜਿਵੇਂ ਨੀਰੂ ਹੈ, ਉਹ ਕਿੰਨੀ ਵੀ ਕਿੰਨਾ ਵੀ ਇੰਟੈਂਸ ਸੀਨ ਹੋਏ, ਕੁਛ ਵੀ ਹੋਏ, ਉਹ ਬਹੁਤ ਤਰੀਕੇ ਨੇ ਨਾਲ ਆਪਣਾ ਕਰ ਦਿੰਦੀ ਆ ਕੇ, ਬਹੁਤ ਲਾਈਟਲੀ ਕਰਕੇ ਬਟ ਕਮਾਲ ਕਰਕੇ ਜਾਂਦੀ। ਕੁਛ ਲੋਕ ਬਹੁਤ ਜ਼ਿਆਦਾ ਫੋਕਸ ਕਰਕੇ ਚੀਜ਼ਾਂ ਦੇ ਵਿੱਚ ਜਿਹੜੇ ਹੈਗੇ ਨੇ ਇਹ ਕਿਸੇ ਸੀਨ ਦੇ ਵਿੱਚ ਆਉਂਦੇ ਨੇ ਵੀ ਮੈਂ ਇਹੀ ਕਰਨਾ ਹੈ ਕੈਰੇਕਟਰ ਦੇ ਵਿੱਚ ਰਹਿ ਕੇ। ਸੋ ਇਟਸ ਆਲਵੇਜ਼ ਗੁੱਡ ਟੂ ਨੋਟਿਸ ਪੀਪਲ ਡੂਇੰਗ ਆਲ ਦੈਟ। ਫੀਮੇਲ ਆਰਟਿਸਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਫਿਲਮਾਂ ਦੇ ਵਿੱਚ ਉਹਨਾਂ ਨੂੰ ਸਕਰੀਨ ਸਪੇਸ ਘੱਟ ਮਿਲਦੀ ਹੈ ਅਤੇ ਉਹਨਾਂ ਨੂੰ ਬਹੁਤ ਔਖਿਆਈ ਵੀ ਹੁੰਦੀ ਹੈ ਇਸ ਫੀਲਡ ਦੇ ਵਿੱਚ ਕੰਮ ਕਰਨ 'ਚ ਜਾਂ ਇੰਡਸਟਰੀ 'ਚ, ਅਤੇ ਤੁਸੀਂ ਉਹਨਾਂ ਦੇ ਪ੍ਰਤੀ ਕਿਸ ਤਰ੍ਹਾਂ ਨਾਲ ਰਿਸਪੋਂਸੀਬਲ ਰਹਿੰਦੇ ਹੋ, ਤੁਸੀਂ ਕਿੱਦਾਂ ਰਹਿੰਦੇ ਹੋ ਉਹਨਾਂ ਨਾਲ ਕਿ ਉਹਨਾਂ ਨੂੰ ਕੋਈ ਡਿਫੀਕਲਟੀ ਨਾ ਆਏ ਅਤੇ ਉਹ ਸੌਖੇ ਨਾਲ ਰਹਿ ਪਾਉਣ, ਕੁਛ ਇੱਦਾਂ ਜਿੰਮੀ ਸ਼ੇਰਗਿੱਲ ਜੀ ਕਦੇ? ਮੇਰੇ ਹਿਸਾਬ ਨਾਲ ਆਈ ਥਿੰਕ ਇਟਸ ਨੋਟ ਓਨਲੀ ਸਿਰਫ ਐਕਟਰੈਸ ਲਈ ਜਾਂ ਕਿਸੇ ਲਈ, ਆਈ ਥਿੰਕ ਰਿਸਪੈਕਟ ਟੂਵਰਡਸ ਵਿਮੈਨ ਇਨ ਜਨਰਲ, ਈਵਨ ਵੈਦਰ ਕੋਈ ਅਸਿਸਟੈਂਟ ਡਾਇਰੈਕਟਰ ਹੋਏ, ਕੋਈ ਵੀ ਹੋਏ, ਅਸੀਂ ਤਾਂ ਆਪਣੇ ਵੱਲੋਂ ਉਹ ਰਿਸਪੈਕਟ ਬਣਾ ਕੇ ਰੱਖਦੇ ਹਾਂ ਜੀ, ਬਾਕੀ ਤਾਂ। ਦਾਣਾ ਪਾਣੀ ਦੀ ਕਹਾਣੀ ਜਿਹੜੀ ਹੈ ਉਹ ਵੀ ਇੱਕ ਫੌਜੀ ਦੀ ਹੈ ਅਤੇ ਇਸ ਤੋਂ ਪਹਿਲੇ ਵੀ ਬਾਲੀਵੁੱਡ ਦੇ ਵਿੱਚ ਫੌਜੀ ਦੇ ਉੱਤੇ ਫਿਲਮਾਂ ਆਈਆਂ ਨੇ, ਇਹ ਉਹਨਾਂ ਤੋਂ ਕਿੱਦਾਂ ਰਿਲੇਟ ਕਰਦੀ ਹੈ ਜਾਂ ਨਹੀਂ ਕਰਦੀ? ਨਹੀਂ, ਸਭ ਤੋਂ ਪਹਿਲਾਂ ਤਾਂ ਜੀ ਮੈਂ ਆਈ ਐਮ ਵੈਰੀ ਹੈਪੀ ਕਿ ਵੱਡੇ ਸਟਾਰਸ ਲਾਈਕ ਗਿੱਪੀ ਐਂਡ ਦਿਲਜੀਤ ਅਟੈਂਪਟਿਡ ਟੂ ਡੂ ਸਮਥਿੰਗ ਡਿਫਰੈਂਟ। ਸਭ ਤੋਂ ਵੱਡੀ ਗੱਲ ਇਹ ਹੈਗੀ ਕਿਉਂਕਿ ਉਹਨਾਂ ਦਾ ਵੀ ਫਰਜ਼ ਬਣਦਾ ਹੈ ਇਸ ਲੈਵਲ 'ਤੇ ਵੀ, ਬਾਕੀ ਸਾਰਾ ਸਾਲ ਉਹ ਆਪਣੀ ਹਲਕੀਆਂ ਫੁਲਕੀਆਂ ਲਾਈਟ ਹਾਰਟਿਡ ਫਿਲਮਾਂ ਕਰਨ, ਪਰ ਕੁਛ ਸਬਜੈਕਟਸ ਦੇ ਉੱਤੇ ਉਹਨਾਂ ਨੂੰ ਵੀ ਹਰ ਸਾਲ ਕੁਛ ਨਾ ਕੁਛ ਕਰਨਾ ਚਾਹੀਦਾ। ਸੋ ਉਹਨਾਂ ਨੇ ਕੀਤਾ, ਆਈ ਐਮ ਵੈਰੀ ਵੈਰੀ ਹੈਪੀ ਐਂਡ ਪ੍ਰਾਊਡ ਆਫ ਦੈਟ ਕਿ ਵੀ ਕੁਛ ਡਿਫਰੈਂਟ ਕਰਨ ਦੀ ਕੋਈ ਕੋਸ਼ਿਸ਼ ਕਰ ਰਿਹਾ। ਸਾਰਾ ਕੁਛ ਹੈ ਐਕਸ਼ਨ ਫਿਲਮਾਂ ਦੇ ਵਿੱਚ ਹੁੰਦਾ ਇਹ ਹੈ ਜੀ ਵੀ ਜਦੋਂ UA ਜਾਂ ਇਹ ਸਰਟੀਫਿਕੇਟ ਤੁਹਾਨੂੰ ਮਿਲ ਜਾਂਦਾ, ਉਹ ਬੱਚਿਆਂ ਦੀ ਆਡੀਅੰਸ ਜਿਹੜੀ ਹੈ ਨਾ ਉਹ ਮਿਸ ਆਊਟ ਹੋ ਜਾਂਦੀ ਹੈ। ਸੋ ਉਹਦੇ ਕਰਕੇ ਸਾਨੂੰ ਕਦੇ ਇਹ ਨਹੀਂ ਸੋਚਣਾ ਚਾਹੀਦਾ ਵੀ ਇਹੋ ਜਿਹੀਆਂ ਫਿਲਮਾਂ ਲੋਕ ਲਾਈਕ ਨਹੀਂ ਕਰਨਗੇ, ਸਾਨੂੰ ਕਰਨੀਆਂ ਚਾਹੀਦੀਆਂ ਨੇ ਬਿਕੋਜ਼ ਦੀਜ਼ ਆ ਬਾਇਓਪਿਕਸ, ਲੋਕਾਂ ਦੇ ਉੱਤੇ ਬਣੀਆਂ ਫਿਲਮਾਂ, ਜੋ ਰਿਐਲਿਟੀ 'ਚ ਹੋਇਆ ਸੀਗਾ ਉਹਦੇ ਉੱਤੇ। ਸਪੋਰਟਸ ਫਿਲਮਾਂ ਬਹੁਤ ਜ਼ਰੂਰੀ ਨੇ ਅੱਜ ਦੀ ਡੇਟ ਦੇ ਵਿੱਚ ਕਿਉਂਕਿ ਉਹ ਇੰਸਪਾਇਰ ਕਰਦੀਆਂ ਨੇ ਯੂਥ ਨੂੰ ਕਿ ਵੀ ਜੁਆਇਨ ਹਾਕੀ ਜਾਂ ਕ੍ਰਿਕਟ ਜਾਂ ਸਮਥਿੰਗ ਲਾਈਕ ਦੈਟ। ਸੋ ਦੈਟ ਇਜ਼ ਵਨ ਗ੍ਰੇਟ ਥਿੰਗ। ਬਾਕੀ ਇਹ ਜਿਹੜੀ ਸਾਡੀ ਫਿਲਮ ਹੈਗੀ ਹੈ ਨਾ ਜੀ, ਇਹ ਬੜੀ ਸੋਸ਼ਲ ਜੀ ਫਿਲਮ ਹੈਗੀ ਹੈ, ਇਹ ਫੈਮਿਲੀ ਸੋਸ਼ਲ ਉਸ ਟਾਈਪ ਦੀ ਹੈਗੀ ਹੈ। ਬਸ ਜਸਟ ਮੇਰਾ ਕਿਰਦਾਰ ਜਿਹੜਾ ਹੈਗਾ ਇੱਕ ਫੌਜੀ ਹੈ ਜਿਹੜਾ ਫੌਜ ਤੋਂ ਵਾਪਸ ਆ ਰਿਹਾ ਉਸ ਪੀਰੀਅਡ ਦੇ ਵਿੱਚ 60s ਦੇ ਵਿੱਚ ਜਦੋਂ ਕਿ ਚੀਨ ਨਾਲ ਸਾਡੀ ਵਾਰ ਹੋਈ ਸੀ ਅਤੇ ਅਸੀਂ ਹਾਰ ਗਏ ਸੀ, ਵੀ ਲੋਸਟ ਦ ਬੈਟਲ ਵਿਦ ਚਾਈਨਾ, ਐਂਡ ਨਾਓ ਦਿਸ ਸੋਲਜਰ ਇਜ਼ ਕਮਿੰਗ ਬੈਕ ਟੂ ਹਿਜ਼ ਵਿਲੇਜ, ਆਪਣੇ ਪਿੰਡ ਵਾਪਸ ਆ ਰਿਹਾ, ਅਤੇ ਉੱਥੇ ਕੀ ਹੁੰਦਾ ਹੈ, ਕਿਵੇਂ ਉਹਨੂੰ ਆਪ ਦੇ ਪਿੰਡ ਤੋਂ ਦੂਜੇ ਪਿੰਡ ਜਾਣਾ ਪੈਂਦਾ, ਕਿਸ ਗੱਲ ਪਿੱਛੋਂ ਜਾਣਾ ਪੈਂਦਾ, ਕੀ ਉੱਥੇ ਹੁੰਦਾ, ਕਿਵੇਂ ਉਹਦਾ ਦਾਣਾ ਪਾਣੀ ਉਹਨੂੰ ਖਿੱਚ ਕੇ ਉੱਥੇ ਲੈ ਕੇ ਜਾਂਦਾ, ਇਹਦੇ ਉੱਤੇ ਇੱਕ ਸਾਰੀ ਕਹਾਣੀ ਹੈ। ਬਹੁਤ ਵਧੀਆ ਜੀ। ਤੁਸੀਂ ਆਰਮੀ ਜੁਆਇਨ ਕਰਨਾ ਚਾਹੁੰਦੇ ਸੀਗੇ, ਹਾਂਜੀ, ਅਤੇ ਇਹ ਫਿਲਮ ਕਰਨ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਡ੍ਰੀਮ ਥੋੜ੍ਹਾ ਜਿਹਾ ਤੁਹਾਡਾ ਪੂਰਾ ਹੋ ਗਿਆ? ਹਰ ਵਾਰੀ ਜੀ ਮੈਂ ਇੰਨੀਆਂ ਫਿਲਮਾਂ ਕੀਤੀਆਂ ਨੇ, ਐਜ਼ ਸਮਟਾਈਮਜ਼ ਐਜ਼ ਪੁਲਿਸ ਆਫਿਸਰ, ਸਮਟਾਈਮਜ਼ ਐਜ਼ ਆਰਮੀ ਮੈਨ, ਸਮਟਾਈਮਜ਼ ਏਅਰਫੋਰਸ, ਇੰਨੀਆਂ ਫਿਲਮਾਂ ਮੈਂ ਕੀਤੀਆਂ ਨੇ ਜਿੱਥੇ ਆਰਮਡ ਫੋਰਸਿਸ ਦੇ ਵਿੱਚ ਮੈਨੂੰ ਜਾਣੀ ਕਿਰਦਾਰ ਜਿਹੜਾ ਹੈਗਾ ਮੇਰਾ ਆਰਮੀ ਦਾ ਹੁੰਦਾ ਹੈ ਜਾਂ ਫਿਰ ਪੁਲਿਸ ਦਾ ਹੁੰਦਾ ਹੈ ਜਾਂ ਫਿਰ ਏਅਰਫੋਰਸ ਦਾ ਹੁੰਦਾ ਹੈ। ਸੋ ਐਂ ਲੱਗਦਾ ਜਿਵੇਂ ਸੁਪਨਾ ਪੂਰਾ ਹੋ ਰਿਹਾ, ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀ ਦੀ ਹੈ ਵੀ ਕੋਈ ਕਸਰ ਨਾ ਛੱਡੀਏ ਉਹਦੇ ਵਿੱਚ, ਅਤੇ ਵਧੀਆ ਲੱਗਦਾ ਜਦੋਂ ਲੋਕ ਕਹਿੰਦੇ ਨੇ ਵੀ ਵਰਦੀ ਦੇ ਵਿੱਚ ਤੁਸੀਂ ਵਧੀਆ ਲੱਗਦੇ ਹੋ, ਵੀ ਵਰਦੀ ਤੁਸੀਂ ਆਰਮੀ ਆਫਿਸਰ ਦੇ ਵਿੱਚ ਲੱਗਦੇ ਹੋ ਅਤੇ ਯੂ ਫੀਲ ਪ੍ਰਾਊਡ, ਅਤੇ ਤੁਹਾਨੂੰ ਐਂ ਲੱਗਦਾ ਵੀ ਯਾਰ ਮੈਂ ਜਸਟਿਸ ਕੀਤੀ ਹੈ ਕਿਸੇ ਚੀਜ਼ ਨੂੰ। ਸੋ ਆਪ ਦਾ ਸੁਪਨਾ ਵੀ ਮਾੜਾ ਮੋਟਾ ਪੂਰਾ ਹੋ ਜਾਂਦਾ ਹੈ ਜੀ ਇਸ ਪਾਸੇ। ਜਦੋਂ ਵੀ ਕੋਈ ਆਰਟਿਸਟ ਕੋਈ ਫਿਲਮ ਲੈਂਦਾ ਹੈ ਤਾਂ ਉਹਦੇ ਨਾਲ ਕਰਦੇ ਕਰਦੇ ਪਰਸਨਲ ਅਟੈਚ ਹੋ ਜਾਂਦਾ ਹੈ। ਜਿੰਮੀ ਸ਼ੇਰਗਿੱਲ ਜੀ ਦਾਣਾ ਪਾਣੀ ਦੇ ਨਾਲ ਕਿਸ ਤਰ੍ਹਾਂ ਨਾਲ ਇਮੋਸ਼ਨਲੀ ਅਟੈਚ ਨੇ? ਨਹੀਂ, ਇਮੋਸ਼ਨਲੀ ਤਾਂ ਮੈਂ ਬਹੁਤ ਜ਼ਿਆਦਾ ਅਟੈਚਡ ਹੈਗਾ ਜੀ ਇਸ ਫਿਲਮ ਨਾਲ। ਇਸ ਤੋਂ ਪਹਿਲਾਂ ਸ਼ਰੀਕ ਮੈਂ ਕੀਤੀ ਸੀਗੀ, ਉਸ ਕਿਰਦਾਰ ਨਾਲ ਮੈਂ ਕਾਫੀ ਅਟੈਚ ਹੋ ਗਿਆ ਸੀਗਾ, ਜੱਸੇ ਨਾਲ ਬਹੁਤ ਜਾਣੀ ਮੈਨੂੰ ਉਸਨੇ ਇਮੋਸ਼ਨਲੀ ਕਾਫੀ ਡਰੇਨ ਆਊਟ ਕੀਤਾ ਸੀ ਉਸ ਕਿਰਦਾਰ ਨੇ। ਇਸ ਕਿਰਦਾਰ ਨੇ ਮੈਨੂੰ ਡਰੇਨ ਆਊਟ ਨਹੀਂ ਕੀਤਾ, ਬਟ ਇੱਕ ਸਮਾਈਲ ਦਿੱਤੀ ਹੈ ਇਸ ਕਿਰਦਾਰ ਨੇ, ਕਿਉਂਕਿ ਮੈਨੂੰ ਐਂ ਲੱਗਦਾ ਵੀ ਉਸ ਈਰਾ ਦੇ ਵਿੱਚ 1960s ਦੇ ਵਿੱਚ ਇੱਕ ਇਨੋਸੈਂਸ ਸੀਗੀ ਉਦੋਂ ਲੋਕਾਂ ਦੇ ਵਿੱਚ, ਇੱਕ ਇਨੋਸੈਂਸ, ਕਿੰਨਾ ਮਾੜਾ ਬੰਦਾ ਹੋਏ ਪਰ ਉਹਦੇ ਵਿੱਚ ਵੀ ਇੱਕ ਇਨੋਸੈਂਸ ਸੀਗੀ, ਜਿਹੜੀ ਕਿ ਮੈਂ ਬੜਾ ਖੁਸ਼ ਹੋਇਆ ਵੀ ਕਿਸੇ ਨੇ ਫਿਲਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਹੀ ਦਿਸ ਫਿਲਮ ਇਜ਼ ਰੀਅਲੀ ਸਪੈਸ਼ਲ ਫੋਰ ਮੀ, ਕਿਉਂਕਿ ਇੱਕ ਤਾਂ ਵੱਖਰੀ ਹੈ, ਇੱਕ ਡਿਫਰੈਂਟ ਤਰੀਕੇ ਨਾਲ ਇਹਦੀ ਅਪਰੋਚ ਹੈ, ਇੱਕ ਕਹਾਣੀ ਜਿਹੜੀ ਕਿ ਬਹੁਤ ਹੀ ਕਮਾਲ ਹੈ। ਸੋ ਮੈਂ ਜੈਨੂਨਲੀ ਚਾਹੁੰਦਾ ਵੀ ਮੈਂ ਕਿ ਲੋਕਾਂ ਦਾ ਰਿਐਕਸ਼ਨ ਦੇਖਾਂ, ਮੈਂ
दाना पानी फिल्म नू जरूर लोग पसंद करेंगे, असीं तुहानू बहुत सारी बेस्ट विशेज दिंदे आ। इस तों इलावा होर किहड़े तुहाडे अपकमिंग प्रोजेक्ट्स ने जिहड़े सानू देखण नू मिल सकदे आ? हुण बाकी तां हिंदी च ने जी, एक जून नू आ रही है साडी फिल्म फेमस करके हैगी है, ਉਹ 1 ਜੂਨ ਨੂੰ ਰਿਲੀਜ਼ ਹੋਊਗੀ ਜੀ। ਉਹਦਾ ਟ੍ਰੇਲਰ ਜਿਹੜਾ ਹੈਗਾ ਇਸ ਵੇਲੇ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਹੈਗਾ, 5-10 million ਉਹਦੇ ਵਿਊਜ਼ ਆਲਰੇਡੀ ਕੁਛ ਦਿਨਾਂ ਦੇ ਵਿੱਚ ਹੀ ਹੋ ਗਏ ਸੀ, ਪਿਛਲੇ ਹਫ਼ਤੇ ਟ੍ਰੇਲਰ ਆਊਟ ਹੋਇਆ ਸੀ। ਸੋ ਬਹੁਤ ਵਧੀਆ ਫਿਲਮ ਬਣੀ ਹੈ, ਉਹ 1 ਜੂਨ ਨੂੰ ਆਊਗੀ ਜੀ। ਅਤੇ ਉਸ ਤੋਂ ਬਾਅਦ ਜੁਲਾਈ ਦੇ ਵਿੱਚ ਹੈਗੀ ਹੈ ਸਾਹਿਬ ਬੀਵੀ ਗੈਂਗਸਟਰ ਪਾਰਟ 3, ਜਿਹਦੇ ਵਿੱਚ ਸੰਜੇ ਦੱਤ ਜਿਹੜੇ ਹੈਗੇ ਨੇ ਉਹ ਗੈਂਗਸਟਰ ਦਾ ਰੋਲ ਪਲੇਅ ਕਰ ਰਹੇ ਨੇ। 27 ਜੁਲਾਈ ਨੂੰ ਉਹ ਰਿਲੀਜ਼ ਹੋ ਰਹੀ ਹੈ। ਅਤੇ ਹੈਪੀ ਭਾਗ ਜਾਏਗੀ ਪਾਰਟ 2, ਜਿਹਦੀ ਇਸ ਵੇਲੇ ਅਸੀਂ ਸ਼ੂਟਿੰਗ ਕਰ ਰਹੇ ਹਾਂ। ਮਲੇਸ਼ੀਆ ਛੱਡ ਕੇ ਮੈਂ ਇੱਥੇ ਪ੍ਰਮੋਸ਼ਨਸ ਲਈ ਆਇਆ, ਵਾਪਸ ਜਾ ਰਹੇ ਕੱਲ੍ਹ ਨੂੰ ਉੱਥੇ, ਅਤੇ ਉਹ ਖਤਮ ਕਰਕੇ ਅਤੇ ਉਹ 24 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਮਤਲਬ ਬਹੁਤ ਸਾਰੀ ਤੁਹਾਡੇ ਹੁਣ 3-4 ਫਿਲਮਾਂ ਲਾਈਨਡ ਅਪ ਹੈਗੀਆਂ ਨੇ। ਅਤੇ ਅਸੀਂ ਤੁਹਾਨੂੰ ਪਰਸਨਲੀ ਕੰਪਲੀਮੈਂਟ ਦੇਣਾ, ਮੈਂ ਦੇਣਾ ਚਾਹੂੰਗੀ, ਮੈਨੂੰ ਤੁਸੀਂ ਨਾ ਹਾਲੀਵੁੱਡ ਦੇ ਟੌਮ ਕਰੂਜ਼ ਵਾਂਗੂ ਲੱਗਦੇ ਹੋ। ਤੁਹਾਨੂੰ ਥੈਂਕ ਯੂ। ਕਦੇ ਕਿਸੇ ਨੇ ਕਿਹਾ, ਮਤਲਬ ਕਦੇ ਇੱਦਾਂ ਹੋਇਆ ਤੁਹਾਨੂੰ ਕਿਸੇ ਹੋਰ ਨੇ ਵੀ ਕਿਹਾ ਹੋਏ? ਨਹੀਂ, ਲੋਕੀ ਉਹ ਮੈਨੂੰ ਵੀ ਲੱਗਦਾ ਬੈਰੀ ਪੇਪਰ ਤੇ ਇਹਨਾਂ ਸਾਰਿਆਂ ਨਾਲ ਕੰਪੇਅਰ ਕਰਦੇ ਆ, ਜੌਨ ਸਨੋ ਬੈਰੀ ਪੇਪਰ ਉਸ ਟਾਈਪ ਦਾ, ਪਰ ਇਹ ਤੁਸੀਂ ਨਵੀਂ ਗੱਲ ਕਰ ਰਹੇ ਹੋ। ਚਲੋ ਵਧੀਆ। ਨਹੀਂ ਜੀ, ਤੁਸੀਂ ਬਿਲਕੁਲ ਲੱਗਦੇ ਹੋ। ਅਤੇ ਜਿੰਮੀ ਸ਼ੇਰਗਿੱਲ ਜੀ, ਜਦੋਂ ਲੋਕਾਂ ਲਈ ਨਾਮ ਆਉਂਦਾ, ਉਹਨਾਂ ਨੂੰ ਪਤਾ ਇੱਕ ਐਕਟਰ ਹੈ, ਪ੍ਰੋਡਿਊਸਰ, ਪ੍ਰੋਡਕਸ਼ਨ ਵੀ ਤੁਸੀਂ ਕੀਤੀ ਹੈ, ਜਦੋਂ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਦੇ ਹੋ, ਤੁਹਾਨੂੰ ਕੀ ਲੱਗਦਾ ਤੁਸੀਂ ਆਪਣੇ ਆਪ ਲਈ ਜਿੰਮੀ ਸ਼ੇਰਗਿੱਲ ਕੀ ਹੈ? ਮੈਂ ਜ਼ਿਆਦਾ ਦੇਖਦਾ ਨਹੀਂ ਜੀ, ਅਤੇ ਆਪਣਾ ਨਹੀਂ ਜੀ, ਮੈਂ ਆਈ ਡੋਂਟ ਥਿੰਕ ਮੈਂ ਉਸ ਹਿਸਾਬ ਨਾਲ ਦੇਖਦਾ। ਆਈ ਥਿੰਕ ਆਮ ਪਾਸਟ ਆਲ ਦੈਟ, ਆਈਵ ਸੀਨ, ਮੈਂ ਬਹੁਤ ਕੁਛ ਦੇਖਿਆ ਆਪਣੀ ਜ਼ਿੰਦਗੀ 'ਚ ਇਹਨਾਂ 45-47 ਸਾਲਾਂ ਦੇ ਵਿੱਚ ਕਾਫੀ ਕੁਛ ਦੇਖਿਆ। ਸੋ ਐਵਰੀ ਡੇ ਨਾ ਤਾਂ ਇੰਨਾ ਟਾਈਮ ਹੁੰਦਾ ਜੀ ਕਿ ਸ਼ੀਸ਼ੇ ਦੇ ਵਿੱਚ ਦੇਖ ਕੇ, ਜੇ ਦੇਖੀਦਾ ਵੀ ਹੁੰਦਾ ਤਾਂ ਆਪਣੇ ਕੱਪੜੇ ਨੂੰ ਦੇਖੀਦਾ ਹੁੰਦਾ ਵੀ ਹੁਣ ਸ਼ੋਰਟ ਲਈ ਜਾ ਰਹੇ ਹਾਂ, ਸਾਰਾ ਕੁਛ ਠੀਕ ਹੈ, ਅਤੇ ਉਹ ਕਰਕੇ ਆਪਣਾ ਨਿਕਲ ਜਾਂਦਾ ਬੰਦਾ। ਹਾਂਜੀ, ਚਲੋ, ਤੁਹਾਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਹਾਡੇ ਦਾਣਾ ਪਾਣੀ ਨੂੰ ਜ਼ਰੂਰ ਲੋਕ ਪਸੰਦ ਕਰਨਗੇ, ਪਿਆਰ ਦੇਣਗੇ। ਆਲ ਦਾ ਵੈਰੀ ਬੈਸਟ ਫਰੋਮ। ਥੈਂਕ ਯੂ ਸੋ ਮਚ ਜੀ, ਥੈਂਕ ਯੂ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ।